देखो किन्नी बारी बोलिया असल पता की है माड़ी गल ए हो गई है सिर्फ असी सारी दिहाड़ी सारी दिहाड़ी गल नहीं सुनते किसानां दे इकट्ठ विच खड़े ने भाजपा नूं छड्ड अकाली दल विच शामिल होए साबका मंत्री अनिल जोशी जिन्हां वल्लों मानसा दे व्यापारियां दे नाल खास बैठक कीती गई ते इस बैठक बारे जद किसानां नूं पता लगा तां ओह सवाल जवाब करन दे लई अनिल जोशी नूं मिलन पहुंचे। इस दौरान अनिल जोशी अते किसानां विचकार जो सवाल जवाब होए उस दौरान थोड़ा माहौल तलखी वाला भी बनिया जिस दीआं तस्वीरां सामने आईआं ने। ਵਿਰੋਧ ਨਹੀਂ ਕਰਨਾ ਕਿਉਂਕਿ ਬੇਇੱਜ਼ਤੀ ਗੱਲ ਕਰਨੀ ਹੈ ਪੰਜਾਬ ਦੇ ਭਲੇ ਲਈ ਔਰ ਦੇਸ਼ ਦੇ ਲੋਕਾਂ ਦੇ ਲਈ ਜਿਹੜੇ ਅੰਨ ਖਾਣ ਵਾਲੇ ਲੋਕ ਹੈ ਅਸੀਂ ਇਹ ਚੁਣੇ ਉਹਨਾਂ ਦੇ ਲਈ ਜਿਹੜੀ ਬੀਜੇਪੀ ਨੇ ਇਹ ਕੰਡੇ ਬੀਜੇ ਆ ਔਰ ਜ਼ਿੰਦਗੀਆਂ ਬਰਬਾਦ ਕਰਨ ਤੱਕ ਦਾ ਫਸਲਾਂ ਤੇ ਨਸਲਾਂ ਨੂੰ ਖਤਮ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਅਸੀਂ ਕਹਿੰਦੇ ਹਾਂ ਵੀ ਉਹ ਚ ਸਹਿਯੋਗੀ ਬਣੋ ਮੈਂ ਤੇ ਸਗੋਂ ਨਾ ਕੋਈ ਤੇ ਤੱਕ ਤੁਹਾਨੂੰ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜੇ ਏਡੇ ਏਡੇ ਪਾਰਟੀ ਛੱਡ ਗਿਆ ਪੈਂਦੀ ਪੈਂਦੀ ਗੱਲ ਬਣਾ ਰਹੀ ਵੀ ਸੰਯੁਕਤ ਮੋਰਚੇ ਵੱਲੋਂ ਸਵਾਲ ਸੀਗੇ ਸਾਡੇ ਸਵਾਲ ਇਹ ਸੀਗੇ ਵੀ ਜਦੋਂ ਕਾਜ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਆ ਉਦੋਂ ਤੁਸੀਂ ਉਹਨਾਂ ਨੂੰ ਸਹੀ ਠਹਿਰਾ ਰਹੇ ਸੀ ਜਦੋਂ ਸੱਤਾ ਦੇ ਲਾਲਚ ਚ ਆ ਕੇ ਤੁਸੀਂ ਬੀਜੇਪੀ ਚੋਂ ਅਕਾਲੀ ਦਲ ਚ ਛਾਲ ਮਾਰੀ ਤਾਂ ਹੁਣ ਉਹ ਕਾਨੂੰਨ ਮਾੜੇ ਹੋ ਗਏ ਸਾਡੇ ਸਵਾਲ ਜਵਾਬ ਸੀ ਪਰ ਪੁਲਿਸ ਨੇ ਸਾਨੂੰ ਤੇ ਸੜਕ ਤੇ ਰੋਕਿਆ ਹੋਇਆ ਮੈਂ ਤੇ ਬਿਲਕੁਲ ਮਿਲੂੰਗਾ ਮੈਂ ਤੇ ਇਹ ਵੀ ਕਿਹਾ ਸੀ ਉਦੋਂ ਮੇਰੀ ਰਾਜੇਵਾਲ ਜੀ ਨਾਲ ਗੱਲ ਹੋਈ ਸੀ ਮੇਰੀ ਉਹ ਡਾਕਟਰ ਕੀ ਨਾਮ ਉਹਨਾਂ ਦਾ ਦਰਸ਼ਨਪਾਲ ਜੀ ਨਾਲ ਗੱਲ ਹੋਈ ਸੀ ਮੈਂ ਉਹਨਾਂ ਨੂੰ ਕਿਹਾ ਸੀ ਜਦੋਂ ਮੈਂ ਹਲੇ ਕਿਸੇ ਪਾਰਟੀ ਸ਼ਾਮਿਲ ਨਹੀਂ ਸੀ ਹੋਇਆ ਤੇ ਮੈਂ ਕਿਹਾ ਸੀ ਮੈਂ ਆਉਣਾ ਚਾਹੁੰਦਾ ਉੱਥੇ ਸਿੰਧੂ ਬਾਰਡਰ ਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਨਮਸਕਾਰ ਕਰਨਾ ਚਾਹੁੰਦਾ ਮੈਂ ਵੀ ਤੁਸੀਂ ਇੰਨਾ ਲੰਬਾ ਇੰਨਾ ਪੀਸਫੁਲ ਅੰਦੋਲਨ ਚਲਾਇਆ ਅਕਸਰ ਨੂੰ ਤੁਸੀਂ ਵੀ ਜਿਹੜਾ ਵਾ ਤੁਹਾਡੇ 'ਚ ਕੀ ਐਸਾ ਗੁਣ ਆ ਮੈਂ ਤੁਹਾਡੇ ਨਾਲ ਦਰਸ਼ਨ ਕਰਨਾ ਚਾਹੁੰਦਾ ਪਰ ਉਹਨਾਂ ਨੇ ਕਿਹਾ ਵੀ ਅਸੀਂ ਜਥੇਬੰਦੀਆਂ ਜਿਹੜੀਆਂ ਉਹ ਸਹਿਮਤੀ ਨਹੀਂ ਕਈ ਵਾਰੀ ਹੁੰਦੀ ਆਪਸ ਦੇ ਵਿੱਚ ਬੱਤੇ ਜਥੇ ਜਬਦਤੀ ਜਥੇਬੰਦੀਆਂ ਅਤੇ ਮੈਨੂੰ ਨਹੀਂ ਕਿਹਾ ਮੈਂ ਨਹੀਂ ਗਿਆ ਉੱਥੇ ਪਰ ਇਹ ਆ ਵੀ ਅਸੀਂ ਤਾਂ ਉਹਨਾਂ ਦੇ ਸਪੋਰਟਰ ਹਾਂ ਸ਼੍ਰੋਮਣੀ ਅਕਾਲੀ ਦਲ ਵੀ ਸਪੋਰਟਰ ਹਾਂ ਅਤੇ ਜਿਹੜੇ ਅਸੀਂ ਇਸ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਹਾਂ ਇਸੇ ਕਰਕੇ ਵੀ ਇਸ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਦੀ ਸ਼ੁਰੂ ਤੋਂ ਹਮਾਇਤ ਕੀਤੀ ਹੈ ਅੱਜ ਤੱਕ ਹਮਾਇਤ ਕਰਦਾ ਹੈ ਇਸੇ ਕਰਕੇ ਇਸ ਪਾਰਟੀ 'ਚ ਹੈ ਅਤੇ ਅਕਸਰ ਨੂੰ ਪੋਲੀਟਿਕਸ ਜੇ ਕਰਨੀ ਹੈ ਅਤੇ ਅਸੀਂ ਉਹ ਪਾਰਟੀ ਛੱਡੀ ਜਿਹਦਾ ਜਿਹਦੇ 'ਤੇ ਐਲੀਗੇਸ਼ਨ ਕਰਦੇ ਸੀ ਅਤੇ ਹੁਣ ਇੱਥੇ ਆਏ ਤਾਂ ਹੁਣ ਕਾਹਦਾ ਵਿਰੋਧ ਆ ਅਤੇ ਸਵੇਰੇ ਸਵੇਰੇ ਅਸੀਂ ਆਪਣੇ ਜਿੰਨੇ ਲੋਕਾਂ ਨੂੰ ਸੁਨੇਹੇ ਲੱਗ ਸਕਦੇ ਸੀਗੇ ਉਹ ਤੁਸੀਂ ਸੁਨੇਹੇ ਲਾਏ ਅਸੀਂ ਸਟੇਸ਼ਨ ਤੋਂ ਇਕੱਠੇ ਹੋ ਕੇ ਇਹ ਬੀਜੇਪੀ ਦਾ ਜਿਹੜਾ ਸਾਬਕਾ ਮੰਤਰੀ ਹੈ ਉਹਨੂੰ ਅਸੀਂ ਸਵਾਲ ਜਵਾਬ ਕਰਨ ਲਈ ਅੱਗੇ ਜਾ ਰਹੇ ਸੀਗੇ ਸਾਨੂੰ ਪਰ ਪੁਲਿਸ ਪ੍ਰਸ਼ਾਸਨ ਨੇ ਇੱਥੇ ਹੀ ਰੋਕ ਦਿੱਤਾ ਕਾਪੀ ਮਾਰਦੇ ਨੇ ਪਰ ਜਿਹੜੀ ਆਉਣ ਵਾਲੀ ਚੋਣ ਹੋਊ ਉਹ ਸਿਆਸੀ ਲੋਕਾਂ ਵਾਸਤੇ ਇੱਡੀ ਸੌਖੀ ਨਹੀਂ ਹੋਊਗੀ ਇਹਨਾਂ ਨੂੰ ਪਤਾ ਪਹਿਲਾਂ ਵੀ ਲੱਗ ਚੁੱਕਿਆ ਪਿੰਡਾਂ ਜਦੋਂ ਆਉਂਦੇ ਆ ਪਰ ਜਦੋਂ ਵੀ ਚੋਣ ਹੋਊਗੀ ਇਹ ਸੌਖੇ ਨਹੀਂ ਪਿੰਡਾਂ 'ਚ ਵੜਨਗੇ ਇਹਨਾਂ ਨੂੰ ਪਤਾ ਲੱਗ ਜੂ ਜੋ 70 ਸਾਲ ਤੋਂ ਆਰਾਮ ਨਾਲ ਹੀ ਪਿੰਡਾਂ ਦੇ ਵਿੱਚ ਆ ਕੇ ਕਾਜੂ ਬਦਾਮ ਖਾ ਕੇ ਮੁੜ ਜਾਂਦੇ ਸੀ ਹੁਣ ਵਾਲੀ ਚੋਣ 'ਚ ਪਤਾ ਲੱਗਣਾ ਹੈ ਵੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਦਰਅਸਲ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਜ਼ਾਹਰ ਕਰਦੇ ਹੋਏ ਭਾਜਪਾ ਨੂੰ ਅਲਵਿਦਾ ਆਖ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਮਾਨਸਾ ਦੇ ਗਊਸ਼ਾਲਾ ਭਵਨ ਵਿੱਚ ਮਾਨਸਾ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਬੁਲਾਈ ਗਈ ਵਪਾਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ ਗਿਆ ਅਤੇ ਵਪਾਰੀਆਂ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਪੰਜਾਬ ਦੀ ਇੰਡਸਟਰੀ ਬਚਾਉਣ ਦੇ ਲਈ ਅਕਾਲੀ ਦਲ ਵੱਲੋਂ ਉਪਰਾਲੇ ਕੀਤੇ ਗਏ ਨੇ ਅਤੇ ਅੱਗੇ ਵੀ ਪੰਜਾਬ ਦੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਅਕਾਲੀ ਦਲ ਅੱਗੇ ਹੱਥ ਵਧਾਏਗਾ ਉਹਨਾਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਅੱਜ ਜੋ ਦਾਅਵੇ ਕਰ ਰਹੀ ਹੈ ਪਰ ਉਹਨਾਂ ਨੂੰ ਜ਼ਮੀਨੀ ਹਕੀਕਤ ਤੌਰ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਇਹ ਸਭ ਸਿਰਫ ਵੋਟਾਂ ਬਟੋਰਨ ਦੀ ਹੀ ਨੀਤੀ ਹੈ ਉਹਨਾਂ ਕਿਹਾ ਕਿ ਪੰਜਾਬ ਦਾ ਵਪਾਰੀ ਵਰਗ ਅੱਜ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਾਰਨ ਮੰਦੀ ਦਾ ਸ਼ਿਕਾਰ ਹੋ ਰਿਹਾ ਹੈ ਉਥੇ ਇਸ ਮੌਕੇ ਕਿਸਾਨਾਂ ਵੱਲੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਸਵਾਲ ਕਰਨ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਨਗੇ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਤਾਂ ਕਿ ਕਿਸਾਨਾਂ ਦੀ ਸੰਤੁਸ਼ਟੀ ਹੋ ਸਕੇ ਅਤੇ ਉਹਨਾਂ ਨੂੰ ਵਿਸ਼ਵਾਸ ਹੋਵੇ ਕਿ ਅਕਾਲੀ ਦਲ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਤੇ ਉਹ ਅੱਜ ਵੀ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜਾ ਹੈ इस मौके साबका मंत्री अनिल जोशी वालों किसान जथेबंदियों के वक्त आगुआ के नाल कमरे के विच मीडिया के सामने गलबात की गई
ਅਤੇ ਕਿਸਾਨਾਂ ਵੱਲੋਂ ਸਵਾਲ ਰੱਖੇ ਗਏ ਜਿਨ੍ਹਾਂ ਦਾ ਜਵਾਬ ਅਨਿਲ ਜੋਸ਼ੀ ਵੱਲੋਂ ਦਿੱਤਾ ਗਿਆ। ਡਰਕੀ ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ, ਮੱਖਣ ਸਿੰਘ ਭੈਣੀ ਬਾਗਾ, ਮੇਜਰ ਸਿੰਘ ਦੁੱਲੋਵਾਲ, ਸੁਖਚਰਨ ਸਿੰਘ ਦਾਨੇਵਾਲੀਆ ਅਤੇ ਭਜਨ ਸਿੰਘ ਨੇ ਅਨਿਲ ਜੋਸ਼ੀ ਨੂੰ ਸਵਾਲ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਹੀ ਭਾਜਪਾ ਨੂੰ ਅਲਵਿਦਾ ਆ ਕੇ ਅਕਾਲੀ ਦਲ ਦਾ ਪੱਲਾ ਫੜਿਆ। अनिल जोशी ने यह भी कहा कि वो आज भी मोदी सरकार का विरोध कर रहे ने अते मोदी सरकार तो मांग करदे ने कि तुरंत नवे खेती कानूनां नूं रद्द किया जाए ताकि दिल्ली के वख-वख बार्डर ते बैठे किसान अपने घरां नूं वापसी करन। उथे संयुक्त किसान मोर्चे के आगू कामरेड कृष्ण चौहान ने पत्रकारों नाल गलबात करदिआं कहा कि उन्हां वल्लों साबका मंत्री अनिल जोशी नूं सवाल तां कीते गए लेकिन वह अनिल जोशी के जवाबों तों संतुष्ट नहीं हन। उन्होंने कहना कि उन्होंने सवालों का कोई तसली बख्श जवाब अनिल जोशी वल्लों नहीं दिता गया। मानसोप दफ्तर की रिपोर्ट, बदरे खबरों लई तुसीं वेखदे रहो अजीत वैब टीवी। जो किसान मोर्चे का प्रोग्राम है इन बिन लागू करने लई और अज इत्थे जिहड़ा अकाली दल दे नुमाइंदे ने और वो इत्थे आए सी, असीं सवाल करन दे लई आए सी, लेकिन जिस तरह पोलीटिकल पार्टियां दा वर्तारा हुंदा है वह केवल बजाए ठोस जवाब देण दे जिहड़ा केवल लारे लप्पे लाउण तों बिना उन्होंने होर कुछ नहीं किया गया। और असीं ये चाहुंदे आ कि जिस तरह का यह प्रोग्राम बन चुकिया और सानू यह लग रहा है कि लोगों को भरमाउण दे लई केवल जिहड़ा ये मगरमस्त दे हंझू जिहड़ा ये आगूआं वल्लों इन्हां पोलीटिकल पार्टियां वल्लों विखाए जा रहे हैं और साडा जिहड़ा ये प्रोग्राम है साडा विरोध है। नहीं ये उन्होंने किसानों के हित दे विच नहीं अस्तीफा दिता क्योंकि पंजाब के अंदर जिहड़ा लोगों का रोह सी उस रोह नूं देखदिआं अपनी कुर्सी की लालसा और उस नूं बरकरार रखण दे लई जिहड़ा इन वल्लों फैसला किया गया और जिहड़ा व्यक्ति अज अकाली दल दे विच आ के ये कह सकता है कि मैं आपकी मां पार्टी नूं छड्ड के आया तो सानू नहीं लगता कि उन्हां दा बीजेपी नालों जिहड़ा जोशी साहब का मोह है वह टुटिया होएगा। देखो साडा विरोध नहीं गा, उन्होंने वैसे ये कहा वा भी जिन्ना चिर साढ़े मसले हल नहीं होंगे, जिन्ना चिर यह मुद्दा हल नहीं हों, जिन्ना चिर कोर्ट नहीं लगता उन्ना चिर तो असं तो मीटिंग है, असं तो कोई जलसे नहीं करते पे। सुखबीर जी ने अपना जिहड़ा वा 100 दिन 100 शहर ज 100 सीट का जिहड़ा 100 सीट का जिहड़ा सी मुद्दा वो त्यागता किसानों की जिहड़ी है जो इस मुद्दे करके भी उन्होंने कहा तुसीं रुक जाओ। तो जे हुण असीं मीटिंग्स छुट्टियां व्यापारियों के नाल कोई धार्मिक जथेबंदियां ने करदे पे, मेरा ख्याल है भी किसान जथेबंदियां नूं जिन्हां दी असीं सपोर्ट कीती शुरू तो मेरा निष्कासित जे निष्कासन होया बीजेपी दे विच्चों 35 साल मैं पार्टी 'च काम किया, नैशनल पार्टी है तो किसानों की हमायत करके होया। हुण मेरा भी जे ये इस करके भी मैं इत्थे मानसे हाँ तो विरोध करना तो मेरा नहीं ख्याल ये कोई जैनुअन गल है। असीं तो सपोर्ट करते हैं, श्रोमणी अकाली दल शुरू तो सपोर्ट करता, श्रोमणी गुरुद्वारा प्रबंधक कमेटी ने लंगर लाए, हॉस्पिटल मेडिकल दी फैसिलिटीज दित्तियां, उत्थे कई कुछ किया जिहड़ा वा जदों अंदोलन चलता सी हर पासे उन्हां नूं जिहड़ी आ उह कानूनी सहायता दित्ती जदों फड़े गए बंदे। तो जे इन्नी सपोर्ट करन वालियां पार्टियां दी भी जिहड़ी आ उह विरोधता होणी आ तो फिर किसानी अंदोलन मेरा ख्याल है कमज़ोर होगा। इस करके किसान जथेबंदियों को यह समझना चाहिए, सोचना चाहिए कि जिहड़ियां उन्हां दी हमायत करदियां वा पार्टियां अक्सर नूं राजनीतिक बंदियां ने राजनीति करनी है। असी जिहड़ा वा इलैक्शन आने वाली है, असी लोगों नूं मिलना, असी पंजाब दे किसानां नूं ये कहा वा भी आउंदे ही बिल रद्द किए जाएंगे। मैं तद ही कहा ना भी ये चाहती कांग्रेस की सरकार से मसला हल हो जाना सी, बदनीति इत्थे सी पंजाब की सरकार च, ये जाके बहिंदे हुण जाके बहिंदे आ अमित शाह जी कोल मोदी जी को उदों क्यों नहीं बैठे, हुण ये कहिंदे पए मसला हल हो जे ते मैं गठजोड़ कर लां बीजेपी नाल, इहदा मतलब की घाल मिल सी। इत्थों साजिश की बो नहीं आती भी ये जान के वधाया गया, ये अंदोलन जान के भड़काया गया उलझाया गया, जे मसला हल करन दी कपैसिटी सीगी कैप्टन साहब की तो उदों का क्यों नहीं किया, इन्ना पंजाब का नुकसान कराया, फाइनैंशियल नुकसान कराया, जाना का नुकसान कराया, इन्ना व्यापारियों का नुकसान कराया। इस करके ये साजिशा जिहड़ियां ये एक्सपोज हो गई लोगों के सामने। दसो की सवाल लैके आए, मिलना सी मिलेंगे बिल्कुल, मैं तो बिल्कुल मिलूंगा। मैं तो यह भी कहा सी उदों मेरी राज्यपाल जी ने गल हुई सी, मेरी वो डॉक्टर की ना उन्हां दा दर्शनपाल जी ने गल हुई सी, मैं उन्होंने कहा सी जो मैं हाले किसी पार्टी शामिल नहीं सी होया तो मैं कहा सी मैं आना चाहुंदा उत्थे सिंधू बार्डर ते, मैं तुहानूं मिलना चाहुंदा, मैं नमस्कार करना चाहुंदा, मैं भी तुसीं इन्ना लंबा इन्ना पीसफुल अंदोलन चलाया अक्सर नूं तुसीं भी जिहड़ा वा तुहाडे च की ऐसा गुण है, मैं तुहाडे नाल दर्शन करना चाहुंदा। पर उन्होंने कहा भी असी जथेबंदियां जिहड़ियां वो सहमति नहीं, कई बार होंदी आपस दे विच 32 जथेबंदियां ते मैनूं नहीं गया, मैं नहीं गया उत्थे,
पर यह आ भी असी तो उन्होंने सपोटर हाँ, श्रोमणी अकाली दल भी सपोटर आ, तो जेडे असी इस श्रोमणी अकाली दल शामिल हो इस करके भी इस श्रोमणी अकाली दल ने पंजाब के किसानों की शुरू तो हमायत की है, अज तक हमायत करता है, इस करके इस पार्टी से। तो अक्सर पॉलिटिक्स जो करनी है तो असी वो पार्टी छड़ी जिदे ते एलीगेशन करते तो हुण इत्थे आए तो हुण कदा विरोध है। साडे प्रेम अरोड़ा जी इत्थों श्रोमणी अकाली दल बहुजन समाज पार्टी के सांझे उम्मीदवार ने, तो मेरी ड्यूटी लगी है इत्थे कि मैं इत्थे आ के इत्थे व्यापारियों नूं जां इन्हां दे सब दे रूबरू होवां, तो मैं अपनी जो प्रधान जी ने सरदार सुखबीर बादल जी ने मेरी ड्यूटी लाई है, मैं वो ड्यूटी करना आया, तो लोगों नूं यही विश्वास दवा आया कि जिस सरकार ने श्रोमणी अकाली दल ने दसां सालां दे विच पंजाब दी नुहार बदली आ, पंजाब दे हाईवेज़ वेख लो, पंजाब दे शहरां दी, इत्थे मानसे दी अज इत्थे बैठे हाँ, यह भी मैनूं दस्सिया गया कि सब तो वड्डा योगदान श्रोमणी अकाली दल दी सरकार दा इत्थे भी जिहड़ा पैसा इन्हां भवनां वास्ते इस इंफ्रास्ट्रक्चर वास्ते दित्ता, ते जिहड़ी शहर दी डिवेलपमेंट एंड टू एंड वाल टू वाल मैं वेख्या, सड़कां बणियां, टाइलां लगियां साइडां ते, डस्ट फ्री सड़कां बणाईयां, पर इन्हां ने ते सफाई भी नहीं कीती। सेंटर बर्जा के पूरी LED लाइटा लगिया वा, इन्ह को साड़ियाँ लाइया लाइटा नहीं जगाइया गई, यही अमृतसर का हाल है, यही हर शहर का हाल है, भावें बठिंडे चल जाओ, भावें इतने आ जाओ, भावें कित भी पूरे पंजाब चल जाओ, जो असी इंफ्रास्ट्रक्चर क्रिएट किया भी ये मेनटेन नहीं कर पाए, ये मेनटेन नहीं कर लेंगे, साड़िया लाइया बत्तियां जगा देंगे तो असं इन्हों का धनवाद करते, ये सफाई कर देंगे इन्ह सड़कों की, माड़ी मोड रिपेयर ही कर देंगे। पिछली बारी तो चन्नी साहब जो हम मुख्यमंत्री बने हैं उन्होंने उदों आख्या से भी 2002 तो 2007 की जी सरकार से वह पैच लाए से, उन्हें एर कि इन्होंने पैच भी नहीं लाए, एर कि इन्होंने जलूस कढ़ता, तो आपस खिचाई लत्त खिचाई इन्नी है इन्हों की कुर्सी की कि पहला कैप्टन के दुआले हो रहे, पहला 4.5 साल तो बोले नहीं, 4.5 साल 4.5 सालों बाद इन्हों चेता आया कि असी कुछ कर नहीं पाए, तो कैप्टन तो सारा चिक्कड़ सुट दीए तो कोई नवा प्रबंध करिए, जाखड़ साहब का नाँ आया, वोटा पाइया उन्होंने MLA ने, फिर रंधावे सैकंड नंबर पर वोटा पाइया, जिहड़ा सब तो ज़्यादा इच्छक से नवजोत सिंह सिद्धू उन्होंने किसी ने वोट ही नहीं MLA ने पाई, यदा मतलब उत्ते कोई विश्वास ही नहीं करता, पर मन चो लालच फिर नहीं गया, उन्हें ना जाखड़ बन दिता तो ना रंधावे बन दिता, तो आप उन्होंने बनाना नहीं चाहती पार्टी, क्योंकि MLA कोई नहीं चाहता, तो लाटरी निकले चन्नी साहब की, तो ये मजबूरी के मुख्यमंत्री जोड़े आ जड़िया अनाउंसमेंटा करते पे आ, इन्हों बंदा पूछे भी तुम पहला भी मिनिस्टर से उदों तो बोले नहीं, उदों वजीफे गरीबों के जोड़े आ स्कॉलरशिप खा गया धर्मसोत, उदों तुसी नहीं बोले, उदों ए सरकार जी यही चलती पई सी, उदों बसों के परमिट जोड़े आ की सी, उदों माली मिली भुगतना चलता सी, तुसी माफिया खत्म करन दीआं गल्लां करदे सी, उह रेता दे 2.5 गुणा रेट हो गए पई साडी सरकार नालों भी है, उदों तुसी नहीं बोले, उन्हां सारियां मंत्रियां सारिया मंत्रियों लै के तुसी मुख्यमंत्री बन के बह गए जे, तो लोगों फिर झूठ लोगों ट्रैप ला लिया, तुसी 3 महीनों के अनाउंसमेंट्स करते पे जे, डेंगू तो तुहाडे को कंट्रोल, जिहड़ी सरकार मच्छर नाल मुकाबला नहीं कर सकती, मच्छर नाल डेंगू हुंदा, जिहड़ी सरकार सफाई नहीं कर सकती, स्परे नहीं कर सकती मच्छर मारन वाली, फॉगिंग नहीं कर सकती, वो होर की करूगी। जिथे 4.5 साल लोगों ने जिन्हां ने जिहड़े जिन्हां नूं इह कहिंदे आ वी माफ़ करते बिल जां पानी दे माफ, जिन्हां ने अगे 4-4, 5-5 साल नहीं दिते, 3 महीने होर नहीं जाणगे, उन्हां लफसर यही गल आ, उन्हां नूं कहिड़ियां जा के रसीदा देते हैं, वाला जी तरे दीआं रसीदा लो घर घर, जां ते इह कहण ना वी आ लो घर घर तुहानूं तरियां दीआं रसीदा देतीआं, आ प्लाट दी रजिस्ट्री ला फड़ लो, ते इह जो अनाउंसमेंटां 3 महीने जे 4.5 सालां च कुछ नहीं हो पाया, तो 3 महीनों कुछ नहीं होना, इस करके लोग इन्हां दे ट्रैप च ना आउण, अगे सौं खा के गुरु साहब दियाँ गुटका साहब दियाँ इन्होंने लोगों ट्रैप च लिया, 4.5 साल लुटमार की, हुण 3 महीनों के फिर नवे तरह के जिहड़े शगूफे छड के लोगों ते ट्रैप लाया इन्होंने, तो ये फिर लोग जिहड़े आ उहदे च ना आ जाण, यही मेरी लोगों नूं बेनती आ, ते जिहड़े साडे प्रेम अरोड़ा जी आ शरीफ ईमानदार नहायत, मैं सज्जों खब्बे में किसी नाल गल की है, इन्हों का कोई मैच नहीं, इन्हों के मैच का कोई कैंडीडेट नहीं, इस करके इहो जे ईमानदार इहो जे मेहनती अपने नुमाइंदे नूं जिताओ ता कि विधानसभा च तुहाडी वकालत जाके कर सके। देखो मैं सिर्फ यह फोटो जी वायरल हुई है वह मैं कोई नहीं करूँगा कमेंट भी हाँ कोई दूजा मंत्री दोषी हो गया, क्योंकि साढ़े ना बहुत सारे लोग फोटो लगा के चल जाते हैं,
ਵਿਆਹ ਸ਼ਾਦੀਆਂ 'ਚ ਅਸੀਂ ਕਿਸੇ ਵੇਲੇ ਰੋਟੀ ਖਾਂਦੇ ਪਏ ਹਾਂ ਉੱਥੇ ਕਿਸੇ ਵਿਆਹ ਦੇ ਵਿੱਚ ਟੇਬਲ 'ਤੇ ਬੈਠੇ ਕੋਈ ਲਾਗੇ ਬੈਠਾ ਫੋਟੋ ਖਿੱਚ ਕੇ ਲੈ ਜਾਂਦਾ ਅਤੇ ਉਹ ਜਾ ਕੇ ਕਤਲ ਕਰਦੇ ਅਤੇ ਅਸੀਂ ਕਹੀਏ ਵੀ ਉਹ ਕਹਿਣ ਵੀ ਸਾਡਾ ਇਹਦੇ 'ਚ ਦੋਸ਼ ਆ। हाँ, इहदी जांच होनी चाहिए आ, उहदा रोल की आ, उहनां नाल संबंध की आ। इहदे तों अलावा मैं नहीं समझदा वी कोई सानू जिहड़ा वा इहदे तों वध कमेंट इहदे ते करना चाहिदा। पर जिहड़ा कांड होया उत्थे इह बहुत हिरदे वधायक वधारक सीगा, बहुत जघन्या कांड होया उत्थे, बहुत मतलब माड़े तरीके नाल मारिया गया। ये जिहड़ी आ इह पंजाब दी जिहड़ी आ इह कल्चर नहीं, गुरुआं दी सिक्ख्या नहीं हैगी। ते इह जो निहंगा संघां ने कीता इत्थे उह बिल्कुल विपरीत धर्म दे कीता। ਇਹੋ ਜਿਹੇ ਦੀ ਨਿਖੇਧੀ ਜਿੰਨੀ ਕੀਤੀ ਜਾਵੇ ਉਨੀ ਘੱਟ ਹੈ। ਤੁਸੀਂ ਸਾਹਿਬ ਕੈਪਟਨ ਸਾਹਿਬ ਨੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਹ ਚਲੋ ਜਿਹੜੇ ਵੈਸੇ ਹੀ ਕੈਪਟਨ ਸਾਹਿਬ ਜਿਹੜੇ ਆ ਤੁਹਾਨੂੰ ਪਤਾ ਭੁੱਗ ਚੁੱਕੇ ਆ, ਉਹਨਾਂ ਨੇ ਜੇ ਅੱਗੇ ਪੌਣੇ 5 ਸਾਲ ਡਿਫਾਲਟਰ ਆ ਪੰਜਾਬ ਦੇ, ਉਹ ਦੋਸ਼ੀ ਆ ਪੰਜਾਬ ਦੇ। ਉਧਰੋਂ ਬੀਜੇਪੀ ਦੇ ਪੱਲੇ ਹੁਣ ਕੁਛ ਨਹੀਂ ਹੈਗਾ, ਉਧਰੋਂ ਕੈਪਟਨ ਦੇ ਪੱਲੇ ਨਹੀਂ ਹੈਗਾ, ਅਤੇ 0+0 ਜਿਹੜਾ ਵਾ ਸਾਡੇ ਮੋਹੇ ਜੀ ਆਉਂਦੇ ਹੁੰਦੇ ਬਿਗ 0 ਹੀ ਹੁੰਦੀ ਆ। ਦੇਖੋ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਵਾਅਦੇ ਅੱਜ ਤੱਕ ਪੂਰੇ ਕੀਤੇ, ਜਿਹੜੇ ਨਹੀਂ ਕੀਤੇ ਸੀ ਉਹ ਵੀ ਕੀਤੇ। ਕਿਸਾਨਾਂ ਦੀ ਬਿਜਲੀ ਕਿੰਨੇ ਮਾਫ਼ ਕੀਤੀ ਹੈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਾਫ਼ ਕੀਤੀ ਸੀ ਬੰਬੀਆਂ ਦੀ। ਗਰੀਬਾਂ ਦੀ 200 ਯੂਨਿਟ ਕਿੰਨੇ ਮਾਫ਼ ਕੀਤੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤੀ। ਆਟਾ ਦਾਲ ਗਰੀਬਾਂ ਵਾਸਤੇ ਸਕੀਮ ਕਿੰਨੇ ਚਲਾਈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸ਼੍ਰੋਮਣੀ ਅਕਾਲੀ ਦਲ ਨੇ ਚਲਾਈ ਸੀ। ਇਹ ਜਿਹੜਾ 5 ਲੱਖ ਰੁਪਏ ਦਾ ਹੈਲਥ ਕਾਰਡ ਲੋਕਾਂ ਦਾ ਫ੍ਰੀ ਇਲਾਜ ਜਿਹੜਾ 5 ਲੱਖ ਦਾ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਹੁਣ ਤਾਂ ਇਹਨਾਂ ਦੇ ਕਾਰਡ ਹੀ ਨਹੀਂ ਚੱਲਦੇ ਕਿਉਂਕਿ ਕੰਪਨੀਆਂ ਨੂੰ ਪੈਸੇ ਨਹੀਂ ਦਿੰਦੇ, ਇੰਸ਼ੋਰੈਂਸ ਕੰਪਨੀਆਂ ਵਾ, ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸਰਕਾਰ ਕੋਲ, ਅਤੇ ਹੈ ਕੁਛ ਨਹੀਂ ਗਾ, ਅਨਾਊਂਸਮੈਂਟਾਂ ਕਰਦੇ ਪਏ ਆ। ਜਿਹੜੀ ਸ਼ਗਨ ਸਕੀਮ ਸੀ ਉਹ ਬਾਦਲ ਸਾਹਿਬ ਨੇ ਚਲਾਈ ਸੀ, ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਚਲਾਈ ਸੀ, ਸਾਈਕਲ ਗਰੀਬਾਂ ਦੀਆਂ ਬੱਚੀਆਂ ਨੂੰ ਜਿਹੜੇ ਆ ਸਰਕਾਰੀ ਸਕੂਲਾਂ 'ਚ ਪੜ੍ਹਦੀਆਂ ਬਾਦਲ ਸਾਹਿਬ ਨੇ। ਇਸ ਤਰ੍ਹਾਂ ਦੀਆਂ ਸੈਂਕੜੇ ਸਕੂਲਾਂ ਦੀ ਅਪਗ੍ਰੇਡੇਸ਼ਨ, ਮੈਰੀਟੋਰੀਅਸ ਸਕੂਲ, ਹੋਸਪਿਟਲਾਂ ਦੀ, ਇੱਥੇ ਏਮਸ ਬਣਿਆ ਕਿੰਨੇ ਲਵਾਇਆ? ਬਠਿੰਡੇ ਏਮਸ ਕਿੰਨੇ ਲੈ ਕੇ ਆਉਂਦਾ? ਬਾਦਲ ਸਾਹਿਬ ਨੇ। ਇੱਥੇ PGI ਬਣ ਰਿਹਾ ਵਾ, ਉਹ ਕਿੰਨੇ ਲਿਆਂਦਾ? ਬਾਦਲ ਸਾਹਿਬ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵਾ, ਅਰੋੜਾ ਜੀ ਨੇ, ਪ੍ਰੇਮ ਜੀ ਨੇ, ਵੀ ਸਾਨੂੰ ਜਿਹੜਾ ਵਾ ਇੱਥੇ ਮੈਡੀਕਲ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀ ਅਨਾਊਂਸਮੈਂਟ ਸੁਖਬੀਰ ਬਾਦਲ ਜੀ ਨੇ ਕੀਤੀ ਆ। ਅਸੀਂ ਅੱਜ ਤੱਕ ਜੋ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹ ਪੂਰਾ ਕੀਤਾ। ਸਾਡੀ ਰਵਾਇਤ ਆ, ਜੋ ਕਹਿਣਾ ਉਹ ਕਰਨਾ, ਜੋ ਕਿਹਾ ਸੀ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ, ਇਹ ਸਾਡੀ ਰਵਾਇਤ ਆ, ਅਤੇ ਅਸੀਂ ਆਪਣੀ ਰਵਾਇਤ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।